ਉਹ ਇਲਾਕੇ ਦੀਆਂ ਸੰਗਤਾਂ ਇਸ ਸਥਾਨ 'ਤੇ ਸਤਿਕਾਰਯੋਗ ਮਹਾਂਪੁਰਖ ਬਾਬਾ ਮਹਿਮਾ ਸਾਹਿਬ ਜੀ ਦੇ ਅਸਥਾਨ 'ਤੇ ਹਰ ਮੱਸਿਆ ਦੀ ਤਰ੍ਹਾਂ ਸੰਗਤਾਂ ਸ਼ਰਧਾ ਭਾਵਨਾ ਨਾਲ ਪਹੁੰਚੀਆਂ। ਮੈਂ ਸਮਝਦਾ ਕਿ ਆਹ ਜਿਹੜਾ ਇਲਾਕਾ ਹੈ ਆਪਣੇ ਨੇੜੇ ਹੀ ਰਮਦਾਸ ਹੈ, ਤੇਜਾ ਹੈ, ਮਹਿਮਾ ਹੈ, ਇਹ ਜਿਹੜੇ ਸਾਰਾ ਸਰਕਲ ਹੈ ਨਾ, ਇਹ ਨਾਮ ਰਸੀ ਮਹਾਂਪੁਰਖਾਂ ਦਾ ਵਰੋਸਾਇਆ ਹੋਇਆ ਹੈ ਅਤੇ ਉਹਨਾਂ ਦੇ ਦੁਆਰਾ ਗੁਰੂ ਸਾਹਿਬ ਦੀ ਵੀ ਇਹਨਾਂ ਇਲਾਕਿਆਂ ਦੇ ਉੱਪਰ ਕਿਰਪਾ ਹੋਈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਹੁਤ ਗੁਰਸਿੱਖਾਂ ਨੇ ਇੱਥੇ ਸੇਵਾ ਵੀ ਕੀਤੀ, ਸਿਮਰਨ ਵੀ ਕੀਤਾ, ਇਸ ਕਰਕੇ ਹੀ ਉਹਨਾਂ ਦੇ ਸਥਾਨਾਂ 'ਤੇ ਆਹ ਮੇਲੇ ਲੱਗਦੇ ਆ, ਐਵੇਂ ਨਹੀਂ ਲੱਗਦੇ ਸਾਧ ਸੰਗਤ। ਸੋ ਅੱਜ ਇਸ ਸਥਾਨ 'ਤੇ ਬੜੇ ਚਾਅ ਨਾਲ, ਬੜੇ ਸ਼ਰਧਾ ਨਾਲ ਭਾਈ ਕਪਤਾਨ ਸਿੰਘ ਜੀ ਆਪਣੇ ਪਰਿਵਾਰ ਸਮੇਤ ਸ਼ੁਕਰਾਨਾ ਕਰਨ ਲਈ ਸਤਿਗੁਰੂ ਜੀ ਦਾ ਇੱਥੇ ਪਹੁੰਚੇ ਨੇ। ਇਹ ਇੱਕ ਗੁਰਸਿੱਖ ਦਾ ਫਰਜ਼ ਬਣਦਾ, ਕਿਉਂਕਿ ਜਦੋਂ ਸਾਨੂੰ ਦਾਤ ਮਿਲਦੀ ਹੈ ਤਾਂ ਉਦੋਂ ਦਾਤਾਂ ਦੇਣ ਵਾਲੇ ਦਾਤੇ ਨੂੰ ਵੀ ਯਾਦ ਰੱਖਣਾ ਚਾਹੀਦਾ, ਨਹੀਂ ਤਾਂ ਭਾਈ ਲਾਂਭਾ ਸਾਡੇ ਸਿਰ 'ਤੇ ਹੈ, ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾ ਵਿਸਰ ਜਾਂਦਾ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਹ। ਸੋ ਆਪਾਂ ਸਾਰਿਆਂ ਨੇ ਬਹੁਤ ਸਾਰੀਆਂ ਸੰਗਤਾਂ ਭਾਈ ਕਪਤਾਨ ਸਾਹਿਬ ਜੀ ਦੇ ਸਨੇਹ 'ਤੇ ਆਈਆਂ, ਬਹੁਤ ਸਾਰੀਆਂ ਸੰਗਤਾਂ ਵੈਸੇ ਰੂਟੀਨ ਦੇ ਵਿੱਚ ਇਸ ਪਾਵਨ ਸਥਾਨ 'ਤੇ ਨਮਸਕਾਰ ਕਰਨ ਵਾਸਤੇ ਆਏ ਹਾਂ। ਸੋ ਸਤਿਗੁਰੂ ਜੀ ਨੇ ਜੋ ਭੁਚੰਗੀਆਂ ਦੀ ਦਾਤ ਦਿੱਤੀ ਹੈ, ਮਨੁੱਖ ਨੂੰ ਇਹ ਲੋੜ ਹੁੰਦੀ ਹੈ। ਵੱਖ ਵੱਖ ਕਵੀਆਂ ਨੇ ਇਹਦੇ 'ਤੇ ਬਹੁਤ ਕੁਝ ਲਿਖਿਆ, ਵਿਧਾਤਾ ਸਿੰਘ ਤੀਰ ਨੇ ਬੜੇ ਸੋਹਣੇ ਸ਼ਬਦ ਲਿਖੇ ਇਹਦੇ 'ਤੇ। ਇਸੇ ਤਰ੍ਹਾਂ ਆਪਣੇ ਇਸ ਇਲਾਕੇ ਦੇ ਬਾਬਾ ਸੋਹਣ ਸਿੰਘ ਸੀਤਲ, ਉਹਨਾਂ ਨੇ ਬੜਾ ਕੁਝ ਲਿਖਿਆ, ਪਰ ਜਦੋਂ ਗੁਰਬਾਣੀ ਦੀ ਗੱਲ ਆ ਜਾਵੇ ਬਾਕੀ ਸਭ ਗੱਲਾਂ ਥੱਲੇ ਰਹਿ ਜਾਂਦੀਆਂ। ਹਜ਼ੂਰ ਫਰਮਾਉਂਦੇ ਨੇ ਪੁੱਤੀ ਗੰਢ ਪਵੈ ਸੰਸਾਰ, ਸੰਸਾਰ ਦੇ ਵਿੱਚ ਜਿਹੜੀ ਪੀੜ੍ਹੀ ਦੀ ਗੰਢ ਪੈਂਦੀ ਆ ਪੁੱਤਰਾਂ ਨਾਲ ਪੈਂਦੀ ਆ। ਇਸ ਲਈ ਹਰ ਗ੍ਰਸਤੀ ਪਰਿਵਾਰ ਦਾ ਇਹ ਸੁਪਨਾ ਹੁੰਦਾ ਕਿ ਘਰ ਵਿੱਚ ਪੁੱਤਰ ਪੈਦਾ ਹੋਵੇ, ਅਤੇ ਫਿਰ ਅਰਦਾਸ ਹੁੰਦੀ ਹੈ ਪੁੱਤਰ ਗੁਰਸਿੱਖ ਹੋਵੇ, ਸਤਿਗੁਰੂ ਦਾ ਸ਼ਰਧਾਲੂ ਹੋਵੇ, ਕੌਮ ਦੀ ਪੰਥ ਦੀ ਸੇਵਾ ਕਰਨ ਵਾਲਾ ਹੋਵੇ। ਬਹੁਤ ਸਾਰੇ ਗੁਰਸਿੱਖਾਂ ਦੇ ਮਨ ਵਿੱਚ ਇਹ ਵੀ ਤਮੰਨਾ ਹੁੰਦੀ ਹੈ, ਜਿਵੇਂ ਜਿਵੇਂ ਸਾਡੀ ਅਰਦਾਸ ਹੋਵੇਗੀ ਇਹ ਅਰਦਾਸਾਂ ਸਤਿਗੁਰੂ ਜੀ ਸੁਣਦੇ ਨੇ, ਪੂਰੀਆਂ ਕਰਦੇ ਨੇ। ਸੋ ਇਸ ਵਾਸਤੇ ਆਪਾਂ ਸਾਰੇ ਹੀ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਆਏ ਹਾਂ ਕਿ ਮਹਾਰਾਜ ਤੁਸੀਂ ਇਕੱਲਾ ਕਪਤਾਨ ਸਿੰਘ ਹੀ ਨਹੀਂ, ਤੁਹਾਡੇ ਬਹੁਤ ਕਪਤਾਨ ਹੈ ਜਿਨ੍ਹਾਂ ਦੀਆਂ ਝੋਲੀਆਂ ਤੁਸੀਂ ਭਰੀਆਂ, ਤੁਸੀਂ ਭਰਦੇ ਰਹਿਣਾ। ਤੁਹਾਡਾ ਇਹ ਬਿਰਧ ਹੈ ਜੋ ਸ਼ਰਨ ਜੋ ਸ਼ਰਨਿਆ ਵਾ ਤਿਸ ਕੰਠ ਲਾਵਾ, ਇਹ ਬਿਰਧ ਸੁਆਮੀ ਸੰਦਾ, ਪਰ ਜਿਹੜੇ ਫਿਰ ਤੇਰੇ ਦਰ 'ਤੇ ਸ਼ੁਕਰਾਨਾ ਕਰਨ ਆਉਂਦੇ ਨੇ ਉਹਨਾਂ ਦੇ ਸਿਰ 'ਤੇ ਫਿਰ ਤੇਰਾ ਆਸ਼ੀਰਵਾਦ ਹੁੰਦਾ ਹੈ, ਅਤੇ ਉਹ ਆਸ਼ੀਰਵਾਦ ਲੈਣ ਵਾਸਤੇ ਹੀ ਆਏ ਆ। ਜਿਹੜਾ ਬਚਨ ਭਾਈ ਚਰਨਜੀਤ ਸਿੰਘ ਨੇ, ਭਾਈ ਰਘਵੀਰ ਸਿੰਘ ਜੀ ਨੇ ਆਪ ਜੀ ਨਾਲ ਸਾਂਝਾ ਕੀਤਾ ਹੈ, ਸਤਿ ਸਿੰਘ ਜੀ 10 ਮਾਰਚ 1984 ਨੂੰ
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨਾਲ 10 ਮਾਰਚ ਦੀ ਰਾਤ ਨੂੰ ਬੜੀ ਲੰਬੀ ਮੀਟਿੰਗ ਹੋਈ, ਜਿਹਦੇ ਵਿੱਚ ਭਾਈ ਅਮਰੀਕ ਸਿੰਘ, ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ, ਰਜਿੰਦਰ ਸਿੰਘ ਨਾਗਰਾ, ਬਹੁਤ ਸਾਰੇ ਇਹ ਗੁਰਸਿੱਖ ਸਜੇ ਹੋਏ ਸੀ ਅਤੇ ਮੈਨੂੰ ਵਿਦੇਸ਼ ਤੋਂ ਮਹਾਂਪੁਰਖਾਂ ਨੇ ਵਿਸ਼ੇਸ਼ ਤੌਰ 'ਤੇ ਸੱਦਿਆ ਸੀ ਕਿ ਜ਼ਰੂਰੀ ਕੋਈ ਬਚਨ ਬਲਾਸ ਕਰਨੇ ਨੇ। ਅਤੇ ਆਹ ਸਾਰਾ ਕੁਝ ਮੇਰੇ ਵੀਰ ਜਿਨ੍ਹਾਂ ਨੇ ਕਿਤਾਬਾਂ ਵੀ ਲਿਖੀਆਂ, ਬੜੇ ਸਿਆਣੇ ਨੇ, ਪਰ ਭੁਲੇਖਿਆਂ ਵਿੱਚ ਕੁਝ ਲਿਖਿਆ ਵੀ ਮਹਾਂਪੁਰਖਾਂ ਨੂੰ ਪਤਾ ਨਹੀਂ ਸੀ ਵੀ ਫੌਜ ਦੀ ਐਡੀ ਵੱਡੀ ਸ਼ਕਤੀ ਹੁੰਦੀ ਆ ਜਾਂ ਇੱਥੇ ਐਡਾ ਵੱਡਾ ਘੱਲੂਘਾਰਾ ਵਾਪਰ ਜਾਏਗਾ। ਨਹੀਂ, ਉਹਨਾਂ ਨੂੰ ਸਾਰਾ ਕੁਝ ਪਤਾ ਸੀ। ਉਹਨਾਂ ਨੇ 10 ਤਰੀਕ ਨੂੰ, 10 ਮਾਰਚ ਨੂੰ ਸਾਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਕਿ ਇੱਥੇ ਇਹ ਕੁਝ ਵਾਪਰਨ ਵਾਲਾ ਹੈ, ਉਹਦੇ ਕਾਰਨ ਵੀ ਦੱਸੇ। ਪਰ ਸਾਨੂੰ ਕਹਿੰਦੇ ਤੁਸੀਂ ਇਸ ਗੱਲ ਨੂੰ ਦੁਨੀਆ ਭਰ ਵਿੱਚ ਦਰਸਾਉਣ ਵਾਸਤੇ ਨੌਜਵਾਨਾਂ ਦੀ ਜਥੇਬੰਦੀ ਸਥਾਪਿਤ ਕਰੋ, ਕਿਉਂਕਿ ਉਦੋਂ ਅੱਜ ਵਰਗੇ ਸਾਧਨ ਨਹੀਂ ਸੀ ਕਿ ਮੋਬਾਈਲ ਫੋਨ ਜਾਂ ਫੇਸਬੁੱਕਾਂ ਜਾਂ ਆ ਵਟਸਐਪ, ਇਹ ਹੈ ਨਹੀਂ ਸੀ ਸਾਰਾ ਕੁਛ। ਕਹਿੰਦੇ ਜੋ ਅਸੀਂ ਸੁਨੇਹਾ ਦਿੰਦੇ ਹਾਂ ਪ੍ਰੈਸ 'ਚ ਲੱਗਦਾ ਨਹੀਂ, ਅਤੇ ਸਾਡਾ ਸੁਨੇਹਾ ਸੰਗਤ ਹੀ ਹੈ, ਅਤੇ ਸੰਗਤ ਵਿੱਚ ਸੁਨੇਹਾ ਦੇਣ ਵਾਸਤੇ ਜਥੇਬੰਦੀ ਦੀ ਜ਼ਰੂਰਤ ਹੈ। ਇਸ ਕਰਕੇ ਸਾਧ ਸਿੰਘ ਕਾਫੀ ਵੱਡਾ, ਮਹਾਂਪੁਰਖਾਂ ਦੀ ਬਖਸ਼ਿਸ਼ ਨਾਲ, ਸਤਿਗੁਰੂ ਦੀ ਮਿਹਰ ਨਾਲ ਬਹੁਤ ਵੱਡਾ ਕਾਰੋਬਾਰ ਸੀ ਦੁਬਈ ਦੇ ਵਿੱਚ। ਅਸੀਂ ਉਹ ਛੱਡ ਕੇ ਜਿੱਥੇ ਜਿੱਥੇ ਡਿਊਟੀਆਂ ਲੱਗੀਆਂ ਸਾਡੀਆਂ, ਹੋਰ ਵੀ ਸਿੰਘਾਂ ਦੀਆਂ ਲੱਗੀਆਂ ਵੱਖਰੇ ਵੱਖਰੇ ਦੇਸ਼ਾਂ 'ਚ, ਮੇਰੀ ਇੰਗਲੈਂਡ ਦੇ ਵਿੱਚ ਡਿਊਟੀ ਲੱਗੀ, ਮੈਂ ਉੱਥੇ ਚਲੇ ਗਿਆ। ਪਰ ਮੇਰੇ ਜਾਣ ਤੋਂ ਪਹਿਲਾਂ ਜਦੋਂ ਮਹਾਂਪੁਰਖਾਂ ਕੋਲੋਂ ਮੈਂ ਇੱਥੋਂ 18 ਮਾਰਚ 1984 ਨੂੰ ਚਲੇ ਗਿਆ, ਬਾਅਦ ਦੇ ਵਿੱਚ ਬਲਿਊ ਸਟਾਰ ਹੋ ਗਿਆ। ਮੈਂ ਸਮਝਦਾ ਕਿ ਜਿਹੜੀ ਧਰਤੀ ਨੂੰ ਸਿੱਖਾਂ ਦੀ ਕਤਲਗਾਹ ਕਿਹਾ ਜਾਂਦਾ ਸੀ, ਵਲੈਤ ਵਰਗੀ, ਇੰਗਲੈਂਡ ਵਰਗੀ ਧਰਤੀ, ਵੀ ਜਿਹੜਾ ਸਿੱਖ ਇੱਥੇ ਚਲੇ ਗਿਆ ਨਾ, ਉਹ ਅਬਲ ਤਾਂ ਏਅਰਪੋਰਟ 'ਤੇ ਇੱਥੇ ਦਾੜੀ ਕਟਾ ਦਿੰਦਾ ਸੀ, ਨਹੀਂ ਤਾਂ ਉੱਥੇ ਜਾ ਕੇ ਕਟਾ ਦਿੰਦਾ ਸੀ। ਇਹੋ ਜਿਹਾ ਇੱਕ ਡਰਾਉਣਾ ਜਿਹਾ ਦ੍ਰਿਸ਼ ਬਣਿਆ ਹੋਇਆ ਸੀ। ਅਤੇ ਮੈਂ ਵੇਖਿਆ ਇਹੀ ਕਾਰਨ ਜਦੋਂ ਅਸੀਂ, ਮੈਂ ਗਿਆਨੀ ਪ੍ਰੀਤਮ ਸਿੰਘ ਜੋ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਦੇ ਵਿਦਿਆਰਥੀ ਰਹੇ, ਸਾਰੀ ਜ਼ਿੰਦਗੀ ਉਹਨਾਂ ਨੇ ਵਿਦਿਆਰਥੀ ਪੜ੍ਹਾਏ, ਕਥਾ ਕੀਤੀ, ਮੈਂ ਉਹਨਾਂ ਦੇ ਘਰੇ ਠਹਿਰਿਆ। ਅਸੀਂ ਗੁਰਦੁਆਰੇ ਗਏ ਅਤੇ ਟਾਵੇਂ ਟਾਵੇਂ ਨੌਜਵਾਨ ਅਤੇ ਥੋੜ੍ਹੇ ਜਿਹੇ ਬਜ਼ੁਰਗ ਬੀਬੀਆਂ ਗੁਰਦੁਆਰਾ ਸਾਹਿਬ ਵਿੱਚ ਆਏ। ਮੈਂ ਜਿਹੜੇ ਕਹਿੰਦੇ ਨੇ ਨਾ, ਭਾਈ ਰਘਵੀਰ ਸਿੰਘ ਬੋਲੇ ਵੀ ਉਦੋਂ ਇਹੋ ਜਿਹੇ ਸੀ, ਕਹਿੰਦੇ ਮੈਂ ਗਿਆਨੀ ਜੀ ਨੂੰ ਕਿਹਾ, ਗਿਆਨੀ ਜੀ ਮੈਂ ਪੁਰਖਾਂ ਦਾ ਸੁਨੇਹਾ ਦੇਣਾ ਸੰਗਤ ਨੂੰ, ਅਤੇ ਮੈਂ ਸੋਚਿਆ ਸੀ ਬੜੇ ਵੱਡੇ, ਕਿਉਂ ਬਹੁਤ ਵੱਡਾ ਦੁਖਾਂਤ ਵਾਪਰ ਗਿਆ ਸਾਡੇ ਨਾਲ, ਅਕਾਲ ਤਖ਼ਤ 'ਤੇ ਹਿੰਦ ਸਰਕਾਰ ਨੇ ਹਮਲਾ ਕਰ ਦਿੱਤਾ, ਤੋਪਾਂ ਅਤੇ ਟੈਂਕਾਂ ਨਾਲ ਕੀਤਾ ਇਹੋ ਜਿਹਾ ਹਮਲਾ। ਸਾਧ ਸੰਗਤ ਤੁਸੀਂ ਇਤਿਹਾਸ ਪੜ੍ਹ ਲਓ, ਅਬਦਾਲੀ ਨੇ ਨਹੀਂ ਇਹੋ ਜਿਹਾ ਹਮਲਾ ਕੀਤਾ, ਮੱਸੇ ਨੇ ਇਹੋ ਜਿਹਾ ਹਮਲਾ ਨਹੀਂ ਕੀਤਾ, ਜਿਹੋ ਜਿਹਾ ਹਮਲਾ ਆਪਣਿਆਂ ਨੇ ਕੀਤਾ। ਸੋ ਰਹੋ ਵਿਚਾਰ, ਮੈਂ ਕਿਹਾ ਵੀ ਕਿੱਥੇ ਦੱਸੀਏ ਜਾ ਕੇ। ਉਹਨੇ ਕਿਹਾ ਮੈਨੂੰ ਮਜ਼ਾਕ ਨਾਲ, ਕਹਿੰਦੇ ਜਿੰਨੇ 30 ਸਾਲ ਤੋਂ ਥੱਲੇ ਹੈ ਨਾ ਅਤੇ 20 ਸਾਲ ਤੋਂ ਉੱਪਰ ਹੈ ਨੌਜਵਾਨ, ਇਹ ਤੁਹਾਨੂੰ ਕਲੱਬਾਂ 'ਚ ਹੀ ਮਿਲਣਗੇ, ਗੁਰਦੁਆਰਿਆਂ 'ਚ ਨਹੀਂ ਮਿਲਣੇ। ਅਤੇ ਮੈਂ ਵੀ ਉਸੇ ਲਹਿਜੇ 'ਚ ਕਿਹਾ, ਮੈਂ ਗਿਆਨੀ ਜੀ ਆਪਾਂ ਫਿਰ ਕਲੱਬਾਂ 'ਚ ਚੱਲੀਏ। ਕਹਿੰਦੇ ਤੁਹਾਡੀ ਮਰਜ਼ੀ ਆ।
ਤੁਸੀਂ ਸੱਚ ਜਾਣਿਓ, ਅਸੀਂ ਇੱਕ ਸਾਊਥ ਹਾਲ ਦੀ ਕਲੱਬ 'ਚ ਗਏ ਅਤੇ ਗਏ ਇਸ ਤਰ੍ਹਾਂ ਹੀ ਗੋਲ ਪੱਗ ਬੰਨੀ, ਮੇਰੇ ਪਜਾਮਾ ਪਾਇਆ ਸੀ ਵੈਸੇ, ਉੱਪਰ ਦੀ ਕਿਰਪਾਨ ਪਾਈ, ਗਲ 'ਚ ਪਰਨਾ ਪਾਇਆ, ਅਸੀਂ ਕਲੱਬ 'ਚ ਬਹਿ ਗਏ ਜਾ ਕੇ ਅਤੇ ਗਿਆਨੀ ਜੀ ਦੇ ਕੰਨ 'ਚ ਆ ਕੇ ਕੁਝ ਨਾ, ਉਹਨਾਂ ਨੂੰ ਜਾਣਦੇ ਸੀ, ਕੰਨ 'ਚ ਆ ਕੇ ਕਿਹਾ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਥੇ ਆ ਕੇ ਤੁਸੀਂ ਆਹ ਬਾਣਾ ਪਾ ਕੇ ਕਲੱਬ 'ਚ ਬਹਿ ਗਏ ਆ ਕੇ, ਕਿ ਤੁਹਾਨੂੰ ਪਤਾ ਹੀ ਨਹੀਂ ਵੀ ਇਹ ਕਲੱਬ ਹੈ, ਸ਼ਰਾਬ ਪੀਣ ਵਾਲੀ ਜਗ੍ਹਾ। ਉਹ ਕਹਿੰਦਾ ਵੀ ਇਕੱਲਾ ਹੀ ਨਹੀਂ ਵੀ ਅਸੀਂ ਬਾਣਾ ਪਾਇਆ, ਆਹ ਜਿਹੜੇ ਮੇਰੇ ਨਾਲ ਆਇਆ ਨਾ ਸਿੰਘ, ਇਹ ਪਿੰਡਾਂ ਵਾਲੇ ਸੰਤਾਂ ਦਾ ਭਤੀਜਾ ਹੈ। ਕਹਿੰਦੇ ਅੱਛਾ, ਫਿਰ ਤਾਂ ਬਹੁਤ ਹੀ ਮਾੜੀ ਗੱਲ, ਹੋਰ ਵੀ ਮਾੜੀ ਗੱਲ ਹੈ। ਮੈਨੂੰ ਗਿਆਨੀ ਜੀ ਕਹਿੰਦੇ ਵੀ ਆਹ ਐਂ ਕਹਿੰਦੇ ਆ, ਮੈਂ ਕਿਹਾ ਬੜੀ ਚੰਗੀ ਗੱਲ ਹੋਈ, ਇਹਨੂੰ ਪਤਾ ਤਾਂ ਲੱਗਾ ਨਾ ਵੀ ਇੱਥੇ ਸਾਡਾ ਆਉਣਾ ਮਾੜਾ ਹੈ ਅਤੇ ਇਹਨਾਂ ਦਾ ਆਉਣਾ ਕਿਹੜਾ ਚੰਗਾ ਇੱਥੇ। ਮੈਂ 15 ਕੁ ਬੰਦੇ ਉੱਥੇ ਇਕੱਠੇ ਕੀਤੇ, ਮੈਨੂੰ ਕਹਿੰਦੇ ਤੁਸੀਂ ਜੇ ਤੁਹਾਨੂੰ ਪੈਸੇ ਚਾਹੀਦੇ ਨਾ, ਤੁਹਾਨੂੰ ਪੈਸੇ ਇਕੱਠੇ ਕਰ ਦਿੰਦੇ, ਤੁਸੀਂ ਇੱਥੇ ਨਾ ਆਓ, ਕਲੱਬਾਂ 'ਚ ਨਾ ਆਓ। ਮੈਂ ਕਿਹਾ ਵੀ ਤੁਸੀਂ ਕਿੰਨੇ ਪੈਸੇ ਲੈਂਦੇ ਮਹੀਨੇ ਦੇ? ਕਿਸੇ ਨੇ 1000 ਪਾਉਣ ਕਿਹਾ, ਕਿਸੇ ਨੇ 1000, ਉੱਥੇ ਕਿੱਥੇ ਸੀ, ਉਦੋਂ ਨਹੀਂ ਸੀ 1000, ਉਦੋਂ ਥੋੜ੍ਹੇ ਹੀ ਸੀ। ਅਤੇ ਉਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਜਿਹੜਾ ਕੰਮ ਛੱਡ ਕੇ ਆਇਆ ਨਾ, ਮੈਨੂੰ 35-36 ਹਜ਼ਾਰ ਰੁਪਈਆ ਮਹੀਨੇ ਦਾ ਬਚਦਾ ਮੇਰੀ ਕੰਪਨੀ 'ਚੋਂ, ਮੈਂ ਉਹ ਛੱਡ ਕੇ ਆਇਆ, ਮੈਨੂੰ ਤੁਹਾਡੇ ਪੈਸੇ ਦੀ ਨਹੀਂ ਲੋੜ, ਮੈਂ ਤਾਂ ਤੁਹਾਨੂੰ ਮਿਲਣਾ ਚਾਹੁੰਦਾ, ਗੁਰਦੁਆਰੇ ਤੁਸੀਂ ਜਾਂਦੇ ਹੀ ਨਹੀਂ, ਤੁਹਾਨੂੰ ਮਿਲੀਏ ਕਿੱਥੇ? ਕਹਿੰਦੇ ਕੀ ਕਰਨਾ ਸਾਥੋਂ, ਕੀ ਲੈਣਾ? ਮੈਂ ਕਿਹਾ ਪਿੰਡਾਂ ਵਾਲੇ ਸੰਤਾਂ ਦਾ ਇੱਕ ਸੁਨੇਹਾ ਤੁਹਾਨੂੰ ਦੇਣਾ, ਤੁਸੀਂ ਮੰਨਿਓ ਨਾ ਮੰਨਿਓ? ਕਹਿੰਦੇ ਅੱਛਾ। ਕਹਿੰਦੇ ਹੋਰ ਕੋਈ ਗੱਲ? ਮੈਂ ਤੁਹਾਨੂੰ ਪਤਾ ਵੀ ਅਕਾਲ ਤਖ਼ਤ ਢਹਿ ਗਿਆ ਆਪਣਾ? ਕਹਿੰਦੇ ਹਾਂ ਪਤਾ। ਅਤੇ ਮੈਂ ਕਿਹੜੀ ਖੁਸ਼ੀ 'ਚ ਕਲੱਬ ਜਾ ਕੇ ਸ਼ਰਾਬ ਪੀਂਦੇ ਹੋ, ਗਿੱਧਾ ਪਾਉਂਦੇ, ਭੰਗੜਾ ਪਾਉਂਦੇ, ਨੱਚਦੇ ਹੋ, ਇੱਥੇ ਤੁਹਾਨੂੰ ਸ਼ਰਮ ਨਹੀਂ ਆਉਂਦੀ? ਉਹ ਰੋਏ ਮੇਰੇ ਸਾਹਮਣੇ, ਰੋਏ ਉਹ ਸਾਰੇ 16-17 ਨੌਜਵਾਨ। ਕਹਿੰਦੇ ਭਾਈ ਸਾਹਿਬ, ਅਸੀਂ ਸਾਊਥ ਹਾਲ ਗੁਰਦੁਆਰੇ ਬਹੁਤ ਸਾਰੇ ਨੌਜਵਾਨ ਨੂੰ ਲਿਆਵਾਂਗੇ, ਟੈਲੀਫੋਨ ਕਰਾਂਗੇ, ਨਿੱਜੀ ਤੌਰ 'ਤੇ ਜਾਵਾਂਗੇ, ਅਗਲੇ ਸੈਚਡੇ ਨੂੰ ਤੁਸੀਂ ਵੇਖਿਓ ਅਸੀਂ ਗੁਰਦੁਆਰਾ ਸਾਹਿਬ ਭਰ ਦਾਂਗੇ। ਉਹਨਾਂ ਨੇ ਐਵੇਂ ਕੀਤਾ, ਬਹੁਤ ਵੱਡਾ ਇਕੱਠ ਕੀਤਾ ਨੌਜਵਾਨਾਂ ਦਾ। ਉੱਥੇ ਮੈਂ ਆਹੀ ਸੁਨੇਹਾ ਦਿੱਤਾ ਮਾਵਾਂ ਪੁਰਖਾਂ ਦਾ ਸੁਨੇਹਾ, ਭਾਈ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ, ਖਤਰੇ ਦੇ ਮੰਦਰ ਬਹੁਤ ਮੰਡਰਾ ਰਹੇ ਨੇ ਆਪਣੇ 'ਤੇ, ਸਿੱਖ ਕੌਮ 'ਤੇ ਖਤਰਾ ਹੈ, ਇਸ ਖਤਰੇ ਦਾ ਸਾਹਮਣਾ ਕਰਨ ਲਈ ਆਪਾਂ ਨੂੰ ਇਕੱਠੇ ਹੋਣਾ ਪੈਣਾ। ਉਹ ਦਿਨ ਜਾਵੇ, ਉਸ ਤੋਂ ਬਾਅਦ ਕਿਸੇ ਨੇ ਡਿਊਟੀਆਂ ਛੱਡ ਦਿੱਤੀਆਂ, ਕਿਸੇ ਨੇ ਗੱਡੀਆਂ ਲਿਆ ਕੇ ਖੜ੍ਹੀਆਂ ਕਰ ਦਿੱਤੀਆਂ, ਕਿਸੇ ਨੇ ਪੈਸੇ ਦੀ ਕਸਰ ਨਹੀਂ ਛੱਡੀ, ਸਾਧ ਸੰਗਤ ਇਹੋ ਜਿਹਾ ਪ੍ਰੋਗਰਾਮ ਚੱਲਿਆ। ਮੈਂ ਰਾਤ ਨੂੰ 12-13 ਕਾਨਫਰੰਸਾਂ 'ਚੋਂ ਮੁੜ ਕੇ ਆਉਂਦਾ ਸੀ ਅਤੇ 1:30 ਕਿਤੇ 1 ਕਿਤੇ 12 ਵੱਜ ਜਾਂਦੇ ਸੀ ਅਤੇ ਘੰਟਾ ਕੁ ਸੌਣਾ, ਮੁੜ ਕੇ ਮਰਤਵੇਲਾ ਹੋ ਜਾਂਦਾ ਸੀ, ਮੁੜ ਕੇ ਅਗਲੇ ਦਿਨ ਦੀ ਤਿਆਰੀ ਕਰਨੀ ਹੁੰਦੀ ਸੀ। ਉਹ 3 ਮਹੀਨਿਆਂ ਦੇ ਵਿੱਚ ਇੱਕ ਦਿਨ ਇਹੋ ਜਿਹਾ ਆਇਆ ਜਿੱਦਾਂ 6,500 ਨੌਜਵਾਨਾਂ ਨੇ ਅੰਮ੍ਰਿਤ ਛਕਿਆ। ਹੈ ਸੀ ਵੱਖ ਵੱਖ ਥਾਵਾਂ 'ਤੇ, ਵੱਖ ਵੱਖ ਗੁਰਦੁਆਰਿਆਂ 'ਚ ਸ਼ਾਮ ਨੂੰ ਗਿਣਤੀ ਕੀਤੀ, 6,500 ਜਿੱਦੀ ਅਸੀਂ ਕਾਨਫਰੰਸ ਕੀਤੀ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਐਲਾਨ ਕੀਤਾ, ਉਦੋਂ ਹਜ਼ਾਰਾਂ ਦੀ ਗਿਣਤੀ 'ਚ ਉੱਥੋਂ ਦੀ ਇੰਟੈਲੀਜੈਂਸ ਸੀ ਹੈਰਾਨ ਸੀ ਵੀ ਐਡਾ ਵੱਡਾ ਕੱਟ ਸਿੱਖਾਂ ਦਾ ਕਦੇ ਨਹੀਂ ਹੋਇਆ। ਇੱਕ ਬਹੁਤ ਵੱਡੀ ਜਥੇਬੰਦੀ ਸਥਾਪਿਤ ਹੋ ਗਈ, ਜਿਨ੍ਹਾਂ ਨੇ ਲੰਮਾ ਸਮਾਂ ਉਸ ਜਥੇਬੰਦੀ ਨੇ ਸਿੱਖ ਪੰਥ ਦੀ, ਸ਼ਹੀਦ ਪਰਿਵਾਰਾਂ ਦੀ ਤਹਿ ਦਿਲੋਂ ਸੇਵਾ ਕੀਤੀ। ਉਹ ਤੋਂ ਬਾਅਦ ਬਹੁਤ ਜਲਦੀ, ਕਿਉਂਕਿ ਆਪਣੇ ਵਿੱਚ ਲੋਕ ਬਰਦਾਸ਼ਤ ਨਹੀਂ ਕਰਦੇ ਵੀ ਇਸ ਬੰਦੇ ਦੀ ਚੜ੍ਹਤ ਹੋ ਗਈ, ਇਸ ਬੰਦੇ ਨੂੰ ਸਿੱਖ ਕਿਉਂ ਇੰਨਾ ਮੰਨਦੇ ਨੇ, ਵਿੱਚੋਂ ਹੀ ਆਪਣੇ ਸਿੰਘਾਂ ਨੇ ਕੋਈ ਸੇਵਾ ਮੇਰੀ ਕਰਵਾ ਦਿੱਤੀ, ਮੈਂ
ਸਾਗਰ ਜੇਲ੍ਹ 'ਚ ਆ ਗਿਆ, 4 ਸਾਲ ਉੱਥੇ ਰਿਹਾ। ਤਿਹਾੜ ਜੇਲ੍ਹ 'ਚ ਆ ਗਿਆ, ਟੋਟਲ 8 ਸਾਲ ਮੈਂ ਜੇਲ੍ਹ 'ਚ ਰਿਹਾ। ਇੰਨੇ ਸਮੇਂ ਦੌਰਾਨ ਐਡੀ ਵੱਡੀ ਜਥੇਬੰਦੀ 'ਤੇ ਖੁਦ ਗਰਜ ਲੋਕਾਂ ਨੇ ਕਬਜ਼ਾ ਕਰ ਲਿਆ, ਉਹਨੂੰ ਨੇਸ ਤੋਂ ਨਬੂਰ ਕਰ ਦਿੱਤਾ। ਅੱਜ ਇਹ ਉਸ ਤੋਂ ਬਾਅਦ ਫਿਰ ਅਸੀਂ ਉੱਠ ਕੇ ਫਿਰ ਨੌਜਵਾਨਾਂ ਨੂੰ ਵੰਗਾਰਿਆ ਵੀ ਨਹੀਂ, ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਸੇਵਾ ਕਰਦੇ ਰਹਿਣਾ। ਉਹਦੇ ਨਾਂ 'ਤੇ ਹੀ ਇੰਟਰਨੈਸ਼ਨਲ ਪੰਥਕ ਦਲ ਸਥਾਪਿਤ ਕੀਤਾ, ਫਿਰ ਜਥੇਬੰਦੀ ਜਿਹਦੇ ਬੁਲਾਰੇ ਨੇ ਭਾਈ ਕਪਤਾਨ ਸਿੰਘ, ਅੱਜ ਫਿਰ ਜਥੇਬੰਦੀ ਪੈਰਾਂ ਸਿਰ ਹੋ ਕੇ ਸੇਵਾ 'ਚ ਨਿਤਰੀ ਆ। ਉਸੇ ਤਰ੍ਹਾਂ ਉਹ ਲੋੜਵੰਦ ਸ਼ਹੀਦ ਸਿੰਘਾਂ ਨੂੰ ਸਾਂਭਦੀ ਆ, ਸ਼ਹੀਦ ਪਰਿਵਾਰਾਂ ਨੂੰ ਸਾਂਭਦੀ ਆ। ਭਾਈ ਤਰਸੇਮ ਸਿੰਘ ਗਿਆਨੀ ਜੀ ਹੁਣੀ ਜਾ ਕੇ ਆਏ ਉੱਥੇ, ਕਹਿੰਦੇ ਸਿੰਘ ਸਾਹਿਬ ਅਸੀਂ ਪੁਰਾਣੀਆਂ ਤੁਹਾਡੀਆਂ ਵੀਡੀਓ ਦੇਖੀਆਂ, ਜਿਹੜਾ ਕੁਛ ਉਦੋਂ ਹੋਇਆ ਨਾ। ਮੈਂ ਕਿਹਾ ਉਹ ਤਾਂ ਚਲੋ ਮਹਾਂਪੁਰਖਾਂ ਦੀ ਕਿਰਪਾ ਸੀ, ਉਹਨੇ ਆਪ ਤੋਰਿਆ ਸੀ, ਅਤੇ ਇਸ ਪਾਸੇ ਆਪਾਂ ਵਧੇ ਹਾਂ ਸਾਧ ਸੰਗਤ ਦੀ। ਅੱਜ ਵੀ ਜਿਵੇਂ ਭਾਈ ਚਰਨਜੀਤ ਸਿੰਘ ਨੇ ਕਿਹਾ, ਅੱਜ ਹਾਲਾਤ ਕੀ ਨੇ, ਅੱਜ ਵੀ ਸਾਡੇ 'ਤੇ ਉਹੋ ਜਿਹੇ ਹਾਲਾਤ ਨੇ, ਕੋਈ ਬਹੁਤੇ ਚੰਗੇ ਨਹੀਂ ਹੈਗੇ। ਜਿਸ ਪਾਸੇ ਆਪਾਂ ਦੇਖਦੇ ਹਾਂ ਉਸ ਪਾਸੇ ਵੀ ਨਿਰਾਸ਼ਾ ਪੱਲੇ ਪੈਂਦੀ ਆ। ਮਹਾਂਪੁਰਖਾਂ ਨੇ ਲੜਾਈ ਆਰੰਭੀ ਸੀ ਗੁਰੂ ਡੰਬ ਦੇ ਖਿਲਾਫ, ਅਤੇ ਅੱਜ ਫਿਰ ਗੁਰੂ ਡੰਬ ਦੇ ਕਾਰਨ ਪੰਥ ਦੇ ਵਿੱਚ ਬਹੁਤ ਵੱਡੇ ਵਖਰੇਵੇਂ ਖੜ੍ਹੇ ਹੋ ਰਹੇ ਨੇ, ਅਤੇ ਪੰਥ ਦੇ ਮਲਾਹ ਸਮਝਣ ਨੂੰ ਤਿਆਰ ਨਹੀਂ। ਜਿਨ੍ਹਾਂ ਨੂੰ ਮੰਨਿਆ ਮਲਾਹ, ਉਹ ਇਹ ਗੱਲ ਨੂੰ ਸਮਝਣ ਨਹੀਂ ਤਿਆਰ ਨਹੀਂ। ਅੱਜ ਕੱਲ੍ਹ ਬੜੀਆਂ ਆਟੋਮੈਟਿਕਲ ਗੱਡੀਆਂ ਨੇ, ਜਦੋਂ ਸਾਧ ਸੰਗਤ ਗੱਡੀਆਂ ਚੱਲਦੀਆਂ ਨਾ, ਵਿੱਚ ਕੋਈ ਸੈਂਸਰ ਬੋਲਦਾ ਹੈ, ਸਾਰਿਮ ਵੱਜਦਾ ਹੈ। ਜਿਹੜਾ ਸਿਆਣਾ ਡਰਾਈਵਰ ਆ ਉਹ ਕਹਿੰਦਾ ਵੀ ਆਹ ਸਾਇਰਮ ਵੱਜਦਾ, ਗੱਡੀ 'ਚ ਤੇਲ ਘੱਟ ਹੈ, ਇੰਜਨ 'ਚ ਨੁਕਸ ਪੈ ਗਿਆ, ਬਿਲਟ ਢਿੱਲੀ ਹੋ ਗਈ, ਹਵਾ ਘੱਟ ਗਈ, ਬੈਲੈਂਸ ਵਿਗੜ ਗਿਆ। ਉਹ ਸਮਝ ਆਉਂਦਾ ਕਿੰਨੇ ਕਿਸਮ ਦੇ ਸਾਇਰਮ ਨੇ, ਸੈਂਸਰ ਲੱਗੇ ਨੇ, ਅਤੇ ਸਾਡੀ ਕੌਮ ਦੀ ਜਥੇਬੰਦੀ ਦੇ ਸਾਇਰਨ ਵੱਜਦੇ ਨੇ। ਸਾਇਰਨ ਕਿਤੇ ਬ੍ਰਹਮਪੁਰੇ ਦੀ ਆਵਾਜ਼ ਆਉਂਦੀ ਆ, ਕਿਤੇ ਢੀਂਡਸੇ ਦੀ ਆਉਂਦੀ ਆ, ਅਤੇ ਉਹ ਸਾਇਰਨਾਂ ਦੀ ਆਵਾਜ਼ ਸਮਝਣ 'ਚ ਅਸੀਂ ਸਮਰੱਥ ਹੈ। ਜਿਹੜੇ ਗੱਡੀ ਚਲਾ ਰਹੇ ਆ ਨਾ, ਉਹ ਸੁਣ ਨਹੀਂ ਰਹੇ ਵੀ ਆਹ ਜਿਹੜੀ ਆਵਾਜ਼ ਆ ਰਹੀ ਹੈ ਕਾਹਤੋਂ ਆ ਰਹੀ ਆ, ਕਿੱਥੇ ਨੁਕਸ ਹੈ। ਇਹ ਨਾ ਹੋਵੇ ਇੰਜਨ ਹੀ ਲੈਣ ਤੋਂ ਲੈ ਜਾਵੇ, ਫਿਰ ਸਮਝੀਏ ਕਾਰਨ ਕੀ ਆ। ਕਾਰਨ ਉਹੀ ਗੁਰੂ ਡੰਬ ਹੈ ਸਾਨੂੰ ਸਭ ਨੂੰ, ਅਤੇ ਅਸੀਂ ਆਪਣੇ ਵਿੱਚ ਠੀਕ ਆ। ਜਥੇਬੰਦੀਆਂ ਦੀ ਜ਼ਰੂਰਤ ਹੈ, ਜਥੇਬੰਦੀਆਂ ਤੋਂ ਬਿਨਾਂ ਰਾਜ ਭਾਗ ਸਥਾਪਿਤ ਨਹੀਂ ਹੁੰਦੇ, ਰਾਜ ਭਾਗ ਤੋਂ ਬਿਨਾਂ ਕੌਮਾਂ ਦੇ ਬਹੁਤੇ ਵੱਡੇ ਕੰਮ ਨਹੀਂ ਹੋਇਆ ਕਰਦੇ, ਇਸ ਗੱਲ ਨੂੰ ਆਪਾਂ ਪਾਸੇ ਨਹੀਂ ਕਰ ਸਕਦੇ। ਪਰ ਇਸ ਸਾਰੀ ਗੱਲ ਨੂੰ ਸੰਭਾਲਣ ਵਾਸਤੇ ਸਾਡੀ ਸਭ ਦੀ ਜ਼ਿੰਮੇਵਾਰੀ ਹੈ, ਆਪੋ ਆਪਣੀ ਥਾਂ 'ਤੇ, ਆਪੋ ਆਪਣੇ ਸਰਕਲ 'ਚ, ਆਪੋ ਆਪਣੇ ਵਿੱਤ ਅਨੁਸਾਰ ਇਸ ਗੱਡੀ ਨੂੰ ਲੀਹ 'ਤੇ ਲਿਆਉਣ ਵਾਸਤੇ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਪੈਣਾ। ਇਸ ਲਈ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ, ਆਪਾਂ ਸਭ ਨੂੰ ਹੀ ਸਤਿਗੁਰੂ ਜੀ ਓਨੀ ਕੁ ਸਮਰੱਥਾ ਸਾਨੂੰ ਦੇਣ ਕਿ ਅਸੀਂ ਪੰਥ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕੀਏ। ਕਿਉਂਕਿ ਸਤਿਗੁਰੂ ਨੇ ਜੋ ਸਾਨੂੰ ਸੇਵਾਵਾਂ ਬਖਸ਼ੀਆਂ, ਜੋ ਸਤਿਗੁਰੂ ਨੇ ਡਿਊਟੀਆਂ ਲਾਈਆਂ, ਉਹਨਾਂ ਡਿਊਟੀਆਂ ਵਿੱਚ ਕਤਾਈ ਨਾ ਹੋਵੇ। ਆਪਾਂ ਇੰਨੀ ਕੁ ਜੋ ਸਤਿਗੁਰ ਤੋਂ ਸ਼ਕਤੀ ਲੈ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਜਾਈਏ ਅਤੇ ਯਤਨਸ਼ੀਲ ਹੋਈਏ, ਸਤਿਗੁਰੂ ਜੀ ਜ਼ਰੂਰ ਬੌੜੀ ਕਰਨਗੇ। ਸੋ ਅਖੀਰ ਵਿੱਚ ਮੈਂ ਸਤਿਗੁਰੂ ਪਾਤਸ਼ਾਹ ਜੀ ਦਾ ਧੰਨਵਾਦੀ ਹਾਂ, ਜਿਨ੍ਹਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰਨ ਵਾਸਤੇ
ਭਾਈ ਕਪਤਾਨ ਸਿੰਘ ਜੀ ਨੇ ਅੱਜ ਦਾ ਪ੍ਰੋਗਰਾਮ ਦੇ ਲਈ ਸਾਨੂੰ ਸੱਦਾ ਦੇ ਕੇ ਸੰਗਤਾਂ ਦੇ ਦਰਸ਼ਨ ਕਰਾਏ, ਇਸ ਅਸਥਾਨ ਦੇ ਦਰਸ਼ਨ ਕਰਵਾਏ। ਸਤਿਗੁਰੂ ਜੀ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬੋਲਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ ਖਿਮਾ ਬਖਸ਼ ਦੇਣੀ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ